ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ। ਉਮੀਦ ਹੈ ਮੈਨੂੰ ਮੇਰੇ ਭੈਣ ਭਾਈ ਸਾਰੇ ਠੀਕ ਰਹੋਗੇ। ਉਮੀਦ ਹੋਣੀ ਵੀ ਚਾਹੀਦੀ, ਅੱਲਾ ਪਾਕ ਸਾਰਿਆਂ ਨੂੰ ਖੁਸ਼ ਰੱਖੇ, ਦਿਲ ਦੀ ਜਾਇਜ਼ ਮੁਰਾਦਾਂ ਪੂਰੀਆਂ ਕਰੇ ਅੱਲਾ ਪਾਕ, ਦਸਤਰਖਾਨ ਭਰੇ ਰਹਿਣ। ਜਿਸ ਤਰ੍ਹਾਂ ਕਿ ਅੱਜ ਜੁੰਮਾ ਤੋਂ ਮੁਬਾਰਕ ਵੀ ਹੈ, ਕੱਲ੍ਹ ਜੁਮੇਰਾਤ, ਕੱਲ੍ਹ ਕੋਈ ਪਕਾ ਕੇ ਚੀਜ਼ ਤਕਸੀਮ ਕਰਨੀ ਨਹੀਂ, ਕੱਲ੍ਹ ਨਹੀਂ ਕਰ ਸਕਦੇ। ਕੱਲ੍ਹ ਸਾਰਾ ਦਿਨ ਬਾਰਿਸ਼ ਰਹੀ ਹੈ, ਵਕਫਾ ਨਹੀਂ ਪਿਆ, ਅੱਜ ਵੀ ਬੱਦਲ ਬੁਦਲ ਹੈ, ਬਸ ਮੌਸਮ ਦਾ ਖੁਸ਼ਕੀ ਹੈ। ਬਾਕੀ ਅੱਜ ਰਹਿਣਾ ਉਹ ਬਣਾ ਰਹੇ ਹਲੀਮ, ਇਹ ਵੀ ਬਾਜ ਜ਼ਮੀਨਾਂ ਠੀਕ ਨਹੀਂ ਹੈਗੇ, ਉਹਨਾਂ ਵਾਸਤੇ ਦੁਆ ਕਰ ਛੋ, ਅੱਲਾ ਪਾਕ ਉਹਨਾਂ ਸਿਹਤ ਦੇ, ਬਹੁਤ ਜ਼ਿਆਦਾ ਠੀਕ ਨਹੀਂ ਹੈਗੇ। ਅਤੇ ਉਹਨਾਂ ਨੇ ਕਿਹਾ ਕਿ ਦੁਆ ਕਰਵਾ ਲਿਓ, ਔਰ ਹਲੀਮ ਬਣਾਵਾਂਗੇ ਪਤੀਲੇ 'ਚ, ਔਰ ਬੱਚਿਆਂ ਨੂੰ ਤਕਸੀਮ ਕਰਾਂਗੇ। ਮੈਂ ਅਸੀਂ ਤਾਂ ਚੌਲਾਂ ਵੱਲੋਂ ਮਸ਼ਵਰਾ ਦਿੱਤਾ ਕਿ ਚਲੋ ਚੌਲ ਚਨਿਆਂ ਦੇ ਚੌਲ ਪਲਾਓ ਬਣਾ ਲੈਂਦੇ ਹਾਂ। ਉਹਨਾਂ ਕਿਹਾ ਕਿ ਨਹੀਂ, ਤੁਸੀਂ ਰਹਿਣਾ ਹਲੀਮ ਅਤੇ ਨਾਨ ਦਾ ਕਰ ਲਿਓ, ਬੱਚਿਆਂ ਨੂੰ ਯਾਰ ਇੱਕ ਇੱਕ ਨਾਨ ਦਾ ਹਲੀਮ ਪਾ ਕੇ ਦੇ ਦਿਓ। ਮੈਂ ਠੀਕ ਹਾਂ, ਸਾਰਾ ਵੀ ਲਾਗ ਤੁਸੀਂ ਦੇਖਣਾ ਭੈਣ ਭਾਈਆਂ ਨੇ, ਅਤੇ ਤਿਆਰ ਕਰਨੇ ਹਾਲੇ, ਔਰ ਕੁੰਡੀ 'ਚ ਕਰਨੇ ਆ, ਕੁੰਡੀ ਡੰਡਾ ਲਿਆਂਦਾ, ਕੁੰਡੀ ਡੰਡੇ ਬੇਗਮ ਸਾਹਿਬ ਕੱਪੜੇ ਧੋ ਰਹੀ ਆ, ਕੱਪੜੇ ਧੋ ਕੇ ਨਾ ਅਤੇ ਫਰਕ ਹੁੰਦੀ ਹੈ, ਅਤੇ ਫਿਰ ਉਹਨਾਂ ਦਾ ਆਪਣੇ ਉਹ ਵੀ ਕਾਫੀ ਠੀਕ ਨਹੀਂ ਹੈਗੀ, ਘਰ ਦਾ ਕੰਮ ਕੋਈ ਨਹੀਂ, ਰੋਟੀ ਰੋਟੀ ਦੀ ਬੜੀ ਪ੍ਰੋਬਲਮ ਬਣੀ ਆ, ਰਾਤੀ ਬੜੀ ਪ੍ਰੋਬਲਮ ਬਣੀ ਹੋਈ ਰੋਟੀ ਦੀ, ਬਸ ਅੰਦਰੋਂ ਤੋਂ ਲਿਆ ਅੱਡੇ ਤੋਂ ਬਾਜ਼ਾਰੋਂ ਲਿਆ ਖਾਧੀ ਹੈ। ਅਤੇ ਭੈਣ ਭਾਈ ਦੁਆ ਨੂੰ ਯਾਦ ਰੱਖਿਓ, ਦੁਆ ਜ਼ਰੂਰ ਕਰਸ਼ਿਆ ਕਰੋ। ਮਾਸ਼ਾ ਕਾਲੀ ਮਿਰਚ ਵਿੱਚ ਜ਼ੀਰਾ ਮਸਾਲਾ ਆ, ਹੋਰ ਮਸਾਲੇ ਵਗੈਰਾ ਰਹਿੰਦੇ, ਮਸਾਲੇ ਗਰਮ ਮਸਾਲੇ ਜਿਹੜੀਆਂ ਚੀਜ਼ਾਂ ਹੁੰਦੀਆਂ, ਉਹ ਮੈਂ ਘੁੱਟਦਾ ਪਿਆ ਹਾਂ, ਅਤੇ ਘੁੱਟਦਿਆਂ ਮੇਰੇ ਨਾਲ, ਚਲੋ ਭੈਣ ਭਾਈ ਨਾਲ ਥੋੜ੍ਹਾ ਸ਼ੇਅਰ ਕਰ ਲਈਏ। ਮਸਾਲਾ ਗ੍ਰੈਂਡ ਹੋ ਗਿਆ, ਕਾਲੀ ਮਿਰਚ ਕਰਨ ਵਾਲੀ ਹਾਲੇ ਮਸਾਲਾ ਗ੍ਰੈਂਡ ਹੋ ਗਿਆ, ਟਮਾਟਰ ਵਗੈਰਾ ਰਹਿਣਾ, ਉਹ ਵੀ ਅੱਜ ਕੱਟ ਕੇ ਮੈਂ ਕੌਰਮਾ ਬਣਾ ਕੇ ਉਹ ਪਾ ਲਾਂਗੇ। ਚਲੋ ਜੋ ਵੀ ਪ੍ਰੈਸ਼ਰ ਕਰਨੇ ਆ ਤੂੰ ਭੈਣ ਭਾਈ ਨੂੰ ਦੱਸਦੇ। ਚਲੋ ਕਹੋ ਵੀ ਛੋਟੇ ਛੋਟੇ ਬਰੀਕ ਬਰੀਕ ਕੱਟ ਕੇ ਟਮਾਟਰ, ਅਤੇ ਉਹ ਵੀ ਸਹੀ ਹੋ ਜਾਣਾ, ਪੇਸਟ ਬਣ ਜਾਣਾ, ਪੇਸਟ ਵਾਲਾ ਬਣ ਜਾਣਾ, ਕਿਉਂਕਿ ਸਾਰੀ ਗ੍ਰੈਂਡਰ ਮਸ਼ੀਨ ਪਹਿਲਾਂ ਹੀ ਦੱਸਿਆ ਖਰਾਬ ਹੋਈ ਹੈ, ਅਤੇ ਪੇਸਟ ਨਹੀਂ ਬਣਾਉਂਦਾ ਪਿਆ। ਅਤੇ ਜਿਹੜਾ ਇੰਝ ਹੀ ਕਰਨੇ ਸਬਜ਼ ਮਿਰਚ ਸਾ ਕੇ ਪਾਉਂਦੇ ਹੁੰਦੇ ਆ, ਮੈਂ ਅਲੱਗ ਅਲੱਗ ਕੌਰਮਾ ਬਣਾ ਕੇ ਚਿਕਨ, ਫਿਰ ਬਾਅਦ 'ਚ ਕਰਨੇ ਔਰ ਪਤੀਲਾ ਧੋਨੇ ਆ, ਬਾਕੀ ਸਾਰਾ ਕੰਮ ਬਾਅਦ ਦੱਸ ਦਿਓ ਤੁਹਾਨੂੰ। ਦੀਦੀ ਚਿਕਨ ਵੀ ਮੈਂ ਧੋ ਦਿੰਦੀ ਹਾਂ, ਪਰ ਤੁਸੀਂ ਧੋ ਲਿਆ। ਪਿਆਜ਼ ਔਰ ਮਿਰਚਾਂ ਇਹਨਾਂ ਨੂੰ ਕਹਿੰਦੇ ਆ, ਇੱਕੋ ਛਾਪੜੇ ਪਾ ਦਿੱਤਾ ਸਭ ਕੁਛ ਤੁਹਾਨੂੰ। ਸਾਰਾ ਛਾਪਰ ਹੀ ਕੱਢ ਲਾਉਣਾ ਮੈਂ ਕਿਹਾ ਜੀ, ਅਤੇ ਮੈਂ ਜੋ ਕਰਦਾ ਕਹਿੰਦੇ ਮੈਂ ਕਰ ਦਿੰਦੀ ਹਾਂ, ਅਤੇ ਮੈਂ ਦਾਲ ਦੂਲ ਦਾਲ ਉਬਾਲੇ ਵਾਸਤੇ ਧਰਾਂ, ਆ ਉਬਾਲੇ ਚੱਲਿਓ ਵੀ ਉਬਾਲੀ ਜਾਓ। ਮੈਂ ਉਹੀ ਕਹਿਣ ਦੀ ਕਿ ਦਾਲ ਤਾਂ ਰੋ 3 ਤੇ ਵੱਜ ਗਏ ਨਾ, ਹਾਂਜੀ ਪਹਿਲੇ ਅਸੀਂ ਲੇਟ ਹੋ ਗਏ, ਕੁਛ ਚੁੱਲਾ ਵੀ ਸਾਡਾ ਖਰਾਬ ਹੈ, ਆ ਚੁੱਲਾ ਸਾਡਾ ਖਰਾਬ ਆ, ਕੁਛ ਆ ਟਾਈਮ ਨਾਲ ਜ਼ਿਆਦਾ ਲੱਗ ਜਾ, ਨਾ ਮੈਂ ਤਾਂ ਪਿਆਜ਼ ਆ ਗ੍ਰੈਂਡ ਕਰਨਾ ਮਸ਼ੀਨ ਵਿੱਚ ਵੀ, ਆ ਟਮਾਟਰ ਟਮੂਟਰ ਵੀ ਅਲੱਗ ਪਾ ਦੇਣਾ ਗ੍ਰੈਂਡ ਕਰ ਲਓ, ਆ ਪਿਆਜ਼ ਦੀ ਵੀ ਆ ਮਸ਼ੀਨ ਨਾਲ ਪੇਸਟ ਵਾਲੀ ਬਣਾਉਣੇ ਆ, ਟਮਾਟਰਾਂ ਦੀ ਪੇਸਟ ਬਣਾਉਣੇ ਆ, ਬਾਕੀ ਕਿਉਂਕਿ ਆਹੋ ਬਾਅਦ ਦਾਲ ਚ ਪਾ ਲਾਂਗੇ, ਜਿਸਾ ਗੱਲ ਪਾ ਲਾਂਗੇ, ਜਿਸਾ ਮਰਜ਼ੀ ਕਰ ਲੈਣੇ, ਜਾਂ ਕੌਰਮੇ ਪਾਉਣੇ ਕੌਰਮੇ ਪਾ ਲਾ। ਆਪਣੀ ਜੁੱਤੀਆਂ
ਬਿਲਕੁਲ ਠੀਕ ਹੋ। ਦਾਲ ਰਾਤ ਦੀ ਪਿਓ ਰਹੀ ਹੈ, ਆਪਣਾ ਸੁਬਹ ਦੀ ਪਿਓ ਰਹੀ, ਸੁਬਹ ਲਿਆ ਕੇ ਦਾਲ ਪਿਓ ਰਹੀ ਹੈ, ਔਰ ਦਾਲ ਲਾ ਦਾਣਾ ਗਲ ਗਿਆ ਨਾ, ਇਹਨੂੰ ਦਾਲ ਨੂੰ ਪਹਿਲਾਂ ਉਬਾਲਣੇ ਘੱਲਣੇ ਮੋਟਰ ਚਲਾ ਦੇਣਾ ਤੈਨੂੰ ਕੰਮ ਅੰਦਰ ਲੱਗੀਆਂ ਪਿਆ ਕਰਨਾ, ਉਹ ਸੀਂਦਾ ਉਹਦਾ ਤੁਸੀਂ ਉੱਧਰ ਹੀ ਬਣਾਏ ਹੋ। ਹਰੀਆਂ ਮਿਰਚਾਂ ਟਮਾਟਰ ਵੀ ਇਹਦੇ ਵਿੱਚ ਹੀ ਅਸੀਂ ਉਹਦਾ ਪੇਸਟ ਬਣਾ ਲਾਂਗੇ। ਮੈਂ ਕਹਿੰਦੀ ਸੀ ਪਾਣੀ ਵਿੱਚ ਦੋ ਤਿੰਨ ਦਫ਼ਾ ਧੋ ਲਿਆ, ਇਹਨੂੰ ਪਾਣੀ ਜੋ ਕਰ ਲਿਆ ਚੁੱਲ੍ਹਾ ਸਾਡਾ, ਚੁੱਲ੍ਹਾ ਮੇਰਾ ਉਹੀ ਜਿਹਾ ਮੈਂ ਰੇਹੜੀ 'ਤੇ ਰੱਖਿਆ ਹੁੰਦਾ ਸੀ ਕੰਮ ਕਰਨ ਵਾਸਤੇ, ਕੜਾਹੀ ਵਾਲੇ 'ਤੇ ਰੱਖੀ ਹੁੰਦੀ ਸੀ, ਚੁੱਲ੍ਹਾ ਸਾਡਾ ਕੰਮ ਆ ਗਿਆ। ਕੁੱਕਰ ਆਇਲ ਮੰਗਵਾਏ, ਆਪਣਾ ਕੁੱਕਰ ਆਇਲ ਜਿਹੜਾ ਨਾ ਉਹ ਜਦ ਤੜਕੇ ਪੈਣਾ ਤੇ ਤੜਕਾ ਦੇ ਬਣਾ, ਕੌਰਮਾ ਬਣਾਉਣਾ ਹੈ ਕੀ ਕਰਨਾ ਹੈ? ਇੱਥੇ ਹੀ ਬਾਹਰ ਚੁੱਲ੍ਹਾ ਕੱਢ ਦਿਓ ਮੈਨੂੰ, ਆਹੋ ਨਾਲ ਇਹ ਸਿਲੰਡਰ ਵਗੈਰਾ ਲਗਾ ਦਿਓ। ਠੀਕ ਹੈ, ਉਹ ਵਕਤ ਇੱਕ ਅਸੀਂ ਚੁੱਲ੍ਹੇ 'ਤੇ ਪਹਿਲੇ ਉਹ ਰੱਖੀਏ ਦਾਲ ਬਾਲਣ ਵਾਸਤੇ, ਅਤੇ ਹੁਣ ਦੂਸਰੇ ਚੁੱਲ੍ਹੇ 'ਤੇ ਮੈਨੂੰ ਨਾ ਮੈਂ ਕੌਰਮਾ ਬਣਾਉਂਦੀ ਹਾਂ, ਨਾਲ ਛੇਤੀ ਹੋ ਜਾਏਗਾ ਕਿ ਸ਼ਾਮ ਪੈ ਗਈ। ਨਾਲੇ ਚੁੱਲ੍ਹਾ ਰੱਖ ਦਿੱਤਾ ਜੀ ਇੱਥੇ, ਸਿਲੰਡਰ ਤੋਂ ਲਾਤਾ ਸਿਲੰਡਰ, ਸਾਡਾ ਰੈਗੂਲੇਟਰ ਦਾ ਸਿਫਟ ਨਹੀਂ ਹੋਣ ਡਿਆ, ਉੱਥੇ ਹੇਠ ਰੱਖੀ ਹੈ, ਬਾਕੀ ਚੁੱਲ੍ਹਾ ਕਰਨਾ। ਲਓ ਜੀ ਸਬਜ਼ ਮਿਰਚ ਅਤੇ ਟਮਾਟਰ ਵਾਲਾ ਪੇਸਟ ਬਣਾ ਲਿਆ, ਟਮਾਟਰ ਵੀ ਅੱਜ ਕਰਦੇ ਨੇ, ਬਸ ਠੀਕ ਹੈ ਆਹ ਪੇਸਟ ਬਣਾ ਰੱਖੋ, ਉੱਥੋਂ ਲੱਗ ਰਿਹਾ ਹੋ ਜਾ ਰਹਿੰਦਾ ਹੈ ਪਾਉਣ ਦਾ। ਬੱਚੇ ਉੱਧਰ ਖੇਡੇ ਪੈ ਗਏ ਨੇ, ਬਾਲ ਦੇ ਬਾਲਦਾ ਬਾਲਿਆ ਚੁੱਲ੍ਹਾ, ਹੋਰ ਤਾਂ
ਜਿਸਾ ਮਰਜ਼ੀ ਆਪਣੇ ਹਿਸਾਬ ਨਾਲ ਕਲਰ ਬਹੁਤ ਠੀਕ ਹੈ। ਹਾਂ ਵੇਖ ਨਹੀਂ ਤਿਲਕ ਲਾ ਵੇਖ ਲਓ ਨਾਲੇ ਸਾਡੇ ਚੁੱਲ੍ਹੇ ਦਾ ਰੌਲਾ ਤਾਂ ਇਹਨਾਂ ਗੱਲ ਦਾ ਕੋਈ ਸਮਝ ਨਹੀਂ ਇੰਝ ਬਣਾਉਣੇ। ਕੱਟ ਹੋਏਗਾ ਹਾਲ ਤਾਂ ਫਿਰ ਬਾਅਦ 'ਚ ਪਾ ਲਾਂਗਾ ਨਾ। ਚੱਕਣਾ ਲਾਇਆ ਦਾ ਮੈਂ ਕਹਿੰਦੀ ਆ ਤੁਸੀਂ ਤੇ ਉਹ ਪਾ ਲਓ ਹਲਦੀ ਹਲਦੀ ਜੋ ਵੀ ਪਾਣਾ। ਥੋੜੀ ਮਿਰਚ ਪਾਓ ਇਹਦੇ ਵਿੱਚ, ਸਬਜ਼ ਵੀ ਪਾਉਣੀ ਹੈ। ਮੈਂ ਕਹਿੰਦੀ ਮੈਂ ਤੜਕੇ 'ਚ ਵੀ ਪਾਵਾਂਗੀ। ਤਾਂ ਪਾਇਆ ਕਿ ਅਲੱਗ ਨਾ ਇਹ ਦਾਣੇ 'ਚ ਨਾ ਦਾਣਾ ਜਿਹੜਾ ਹੁੰਦਾ ਉਹਦੇ 'ਚ ਰਚ ਜਾਂਦਾ, ਨਮਕ ਮਿਰਚ ਹਲਦੀ ਵਾਲੀ ਰਚ ਜਾਂਦੀ ਯਾਰ ਸਹੀ ਹੋ ਜਾਂਦਾ। ਲਓ ਜੀ ਰਾਖੀ ਤੋਂ ਢੱਕਣਾ ਮਟੀਰੀਅਲ ਪਾਤਾ ਔਰ ਵੇਖਣਾ ਜੋ ਉਬਲਦੀ ਹੈ ਤੁਹਾਨੂੰ ਦੱਸਣਾ। ਇਹਦਾ ਤੜਕਾ ਤਿਆਰ ਕਰਨਾ ਪਿਆ ਤੜਕਾ, ਇਹ ਚੁੱਲ੍ਹਾ ਚੁੱਲ੍ਹਾ ਵੀ ਸਾਡਾ ਖਰਾਬ ਆ, ਮਾਠਾ ਆ, ਐਡੀ ਇਹਦੇ 'ਚ ਨਹੀਂ ਹੈਗੀ ਕੁਛ ਕਹਿੰਦੇ ਸੁੱਟੇ ਔਰ ਮਾਠਾ ਮਾਠਾ ਚੱਲਦਾ ਪਿਆ ਬਸ। ਇਹ ਖੇਡਦੇ ਪਏ ਨੇ ਜੀ ਆਪਣੀਆਂ ਖੇਡਾਂ, ਇਹ ਕੁੱਜੀਆਂ ਕੁੱਜੀਆਂ ਖੇਡਦੇ ਪਏ ਜੀ, ਕੁੜੀਆਂ ਨਾਲ ਖੇਡਦੇ ਨੇ। ਪਿਆਜ਼ ਹੋ ਗਿਆ ਬਰਾਊਨ ਤੇ ਹੁਣ ਇਹਦੇ 'ਚ ਮਸਾਲੇ ਪਾਉਣੇ ਆ, ਮਸਾਲੇ ਵਗੈਰਾ ਦੇ ਹੈ। ਚਿਕਨ ਬਾਹਰ ਪਾਉਣਾ, ਚਿਕਨ ਚੁੱਲ੍ਹਾ ਸਾਡਾ ਮਾੜਾ ਯਾਰ, ਮਾਠਾ ਚੁੱਲ੍ਹਾ ਲਿਆਉਣਾ ਯਾਰ। ਇੱਧਰ ਕਿਆ ਬਣਾ, ਇੱਧਰ ਵੀ ਕੁਛ ਬਣਾਇਆ ਜੀ, ਉਹ ਕੀ ਬਣਾਇਆ ਅੱਜ, ਕੀ ਪਕਾਇਆ ਤੁਸੀਂ? ਅੱਛਾ ਜੀ,
ਅੱਛਾ ਹਾਲੇ ਪਕਾਉਣ ਲਏ ਹੋ? ਅੱਜ ਚੁੱਲ੍ਹੇ ਰੱਖਿਆ ਜੀ, ਹਰਾ ਮੈਂ ਪਕਾਉਣ ਲਏ ਨੇ। ਅੱਛਾ ਕੀ ਪ੍ਰੋਬਲਮ ਕੁਛ ਹੋਏ ਜੀ ਪਾਉਣੇ ਦੇ? ਦਾਣ ਤਾਂ ਸਖਤ ਆ, ਮੈਂ ਕਹਿੰਦਾ ਨਰਮ ਹੋਇਆ ਸਖਤ ਆ ਕਹਿਣ। ਇੱਧਰ ਵੀ ਸਾਡਾ ਕੋਲਮਾ ਚਿਕਨ ਤਿਆਰ ਹੋ ਗਿਆ, ਅਲੱਗ ਅਲੱਗ ਲੱਗਦਾ ਪਿਆ ਮਸਾਲਾ ਪਾ ਲਾ ਨੋਰਮਲ ਚ ਪਾ ਦਿਓ। ਅੱਜ ਬੱਚਿਆਂ ਖਾਣੇ ਦਾ ਤੇ ਨਹੀਂ ਖਾਣੇ, ਬੱਚੇ ਖਾਂਦੇ ਤਾਂ ਤੁਸੀਂ ਖਾਣੇ ਜੀ, ਹਲਕੀ ਹੋ ਜਾਂਦੀ ਬਸ ਠੀਕ ਆ ਹਲਕੀ। ਦਾਲ ਜੀ ਪਾਈ ਹੈ ਨਾ, ਦੋ ਤਿੰਨ ਚਮਚੇ ਪਾਏ। ਮਸਾਲਾ ਬਾਅਦ 'ਚ ਪਾ ਲਾਂਗੇ ਜਦੋਂ ਦਾਲ ਦੂ ਤਿਆਰ ਹੋਏਗੀ ਸਾਰੀ, ਫਿਰ ਉਦੋਂ ਮਸਾਲਾ ਪਾ ਲਾਂਗੇ। ਮੌਸਮ ਵੀ ਫਿਰ ਦੁਬਾਰਾ ਖਰਾਬ ਹੋ ਗਿਆ, ਬੱਦਲੀਆਂ ਕਦੇ ਆਉਂਦੀਆਂ ਕਦੇ ਜਾਂਦੀਆਂ, ਇਹ ਬੱਦਲ ਹੋਇਆ। ਲੋਕ ਜੀ ਕੋਲਮਾ ਕੋਲਮਾ ਲੱਗ ਗਿਆ, ਲੱਗ ਗਿਆ ਲੱਗਦਾ ਤਿਆਰ ਹੋ ਗਿਆ। ਤਿਆਰ ਹੋ ਗਿਆ ਬਸ, ਹੋਰ 5 ਮਿੰਟ ਲੱਗ ਜਾਣਗੇ। ਹਾਂ ਚਲੋ ਤਿਆਰ ਕਰੋ ਉਹਨੂੰ। ਦਾਲ ਗਲੀ ਹੋਈ ਹੈ ਸਾਡੀ, ਪਹਿਲੇ ਚੈੱਕ ਕੀਤਾ ਉਦੋਂ ਨਹੀਂ ਹੈਗੀ, ਹੁਣ ਦੁਬਾਰਾ ਫਿਰ ਸੇਕ ਲਗਾਇਆ ਗਲ ਗਈ ਹੈ। ਔਰ ਪਹਿਲਾਂ ਘੋਟ ਰਿਹਾ ਡੱਲੇ ਨਾਲ, ਆਸ ਮੈਂ ਘੋਟਣਾ ਲੈਣ ਨੂੰ ਕਹੀ ਹੋਈ ਹੈ, ਉਹ ਵੀ ਘੋਟਣਾ ਲੈ ਕੇ ਨਹੀਂ ਹਿਲ ਪੈਂਦਾ। ਡੰਡਾ ਲਿਆ ਸੀ ਲੂਣ ਮੱਚ ਕੁੰਡਿਆ, ਡੰਡਾ ਲਿਆ ਇਹਦੇ ਨਾਲ ਠੀਕ ਨਹੀਂ ਲੱਗਦਾ ਪਿਆ, ਘੋਟਣਾ ਲਿਆਂਦਾ ਮੈਂ, ਘੋਟਣਾ ਲੈ ਕੇ ਆਈਏ ਤਾਂ ਹੁਣ ਘੋਟਣਾ ਘੋਟਣਾ ਲਓ ਜੀ ਕੋਰਮਾ ਤਿਆਰ ਹੋ ਗਿਆ ਸੀ। ਕੋਰਮਾ ਤਿਆਰ ਤੋਂ ਬਾਅਦ ਹੁਣ ਆਸਮਾਨ ਕੁੰਡੀ ਜੀ ਕੁੱਟਦੀ ਪਈ ਹੈਗਾ ਨਾ, ਕੁੱਟ ਕੇ ਤਾਂ ਸਿਰਾਂ ਹੋ ਜਾਣਗੀਆਂ ਮਾਸ਼ਾਅੱਲਾ। ਵਾਹ ਠੀਕ ਹੀ ਹੋ ਗਿਆ, ਆਸਮਾਂ ਠੀਕ ਹੋ ਗਿਆ। ਯਾਰ ਸਾਲੇ ਛੋਸ਼ਾ।
ਲਓ ਜੀ ਮਾਸ਼ਾਅੱਲਾ ਆਸਮਾਂ ਵੀ ਬਹੁਤ ਮਿਹਨਤ ਕੀਤੀ ਹੈ, ਬਹੁਤ ਮਿਹਨਤ ਕਰਕੇ ਕੁੱਟੇ ਵਾਹਵਾ ਡੇਜ਼ ਲੱਗੀ ਹੋਈ ਹੈ, ਹੈਂ ਮਿਹਨਤ ਵਾਹਵਾ ਹੋ ਗਈ ਹੈ, ਹਲੇਮ ਤਾਂ ਜ਼ਿਆਦਾ ਮਿਹਨਤ ਲੱਗਦੀ ਹੈ, ਹਲੇਮ ਤਾਂ ਜ਼ਿਆਦਾ ਟਾਈਮ ਲੱਗਦਾ, ਚਿਕਨ ਲੈਦਾ ਕਰਕੇ ਤਾਂ ਇਹ ਹੈ ਨਾ ਕੀਤਾ, ਬਾਕੀ ਉਹ ਮੈਂ ਵੀ ਦਾਲ ਘੋਟੀ ਆ, ਕਾਫੀ ਮਿਹਨਤ ਲੱਗੀ ਹੈ, ਗਰਮੀ ਵੀ ਜ਼ਿਆਦਾ ਅੱਜ, ਗਰਮੀ ਤਾਂ ਜ਼ਾਹਰ ਹੈ ਆ, ਗਰਮੀ ਦਾ ਮੌਸਮ ਆ, ਗਰਮੀ ਹਲੇ ਬਹੁਤ ਜ਼ਿਆਦਾ, ਹਲੇ ਕੱਲ੍ਹ ਬਾਰਿਸ਼ ਪੈਣ ਡਈ, ਅੱਜ ਵੀ ਕਦੇ ਕਦੇ ਸਾਈਡ 'ਤੇ ਬਾਰਿਸ਼ ਪੈਂਦੀ ਹੋਣੀ ਹੈ, ਅਤੇ ਉਹਨਾਂ ਨੂੰ ਮੈਂ ਫੋਨ ਕਰਤਾ ਸੀ ਖਾਨ ਸਾਹਿਬ ਨੂੰ, ਮੈਂ ਨਾਨ ਲਾ ਦਿਓ, ਉਹਦਾ ਫੋਨ ਆਇਆ ਦੁਬਾਰਾ ਮੈਨੂੰ ਅੱਧਾ ਘੰਟੇ ਬਾਅਦ ਪੌਣੇ ਘੰਟੇ ਬਾਅਦ ਫੋਨ ਆ ਗਿਆ ਨਾਨ ਲੱਗ ਗਏ ਤਾਂ ਅਗਲੇ ਲੈ ਦਿਓ, ਅਤੇ ਮੈਂ ਹੁਣ ਘੱਲਣਾ ਜਾਂ ਕਿਸੇ ਨੂੰ ਖਿਲਾਉਣਾ, ਕੋਈ ਲੱਭਦਾ ਬੰਦਾ ਜਾਂ ਖੁਦ ਜਾਂਦਾ ਮੈਂ, ਅਤੇ ਜਾ ਕੇ ਨਾਨ ਲੈ ਕੇ ਆਉਂਦੇ ਹਾਂ, ਬਾਕੀ ਇਹ ਘੋਟਿਆ ਹਲੀਮ ਨੂੰ ਮੈਂ ਜਦੋਂ ਮਸਾਲਾ ਵਗੈਰਾ ਪਾਉਂਦੇ ਹੈਗੇ ਘੋਟੇ ਦਾ, ਹਾਂ ਹੋ ਗਿਆ ਮਸਾਲਾ ਸੁੱਟ ਹੋ ਗਈ ਹੈ, ਮੈਂ ਉਹੀ ਤੇ ਕਹਿ ਰਹੀ ਹਾਂ ਕਿ ਮਸਾਲੇ ਮਸੂਲੇ ਸੁੱਟੋ, ਚਿਕਨ ਸੁਣਨੇ ਵਿੱਚ ਬਿਸਮਿਲ੍ਲਾ ਰਹਿਮਾਨ ਰਹੀਮ, ਬਿਸਮਿਲ੍ਲਾ ਰਹਿਮਾਨ ਰਹੀਮ, ਮਸਾਲਾ ਜਿਹੜਾ ਬਣਾਇਆ ਸਾ ਮਸਾਲਾ ਸੁਣਨੇ, ਕਾਲੀ ਮਿਰਚ ਉਹ ਪਾਉਂਦੇ, ਮੈਂ ਲਾਲ ਮਿਰਚ ਹੈਗਾ, ਕਾਲੀ ਮਿਰਚ ਹੈਗੀ ਹੈ, ਬਿਸਮਿਲ੍ਲਾ ਰਹਿਮਾਨ ਰਹੀਮ, ਮਸਾਲਾ ਗਰਮ ਮਸਾਲਾ ਹੈਗਾ, ਗਰਮ ਮਸਾਲਾ ਗ੍ਰੈਂਡ ਕੀਤਾ ਜਾ ਕੇ ਉਹ ਪਾਉਂਦੇ, ਹਸਵੇਂ ਮੂੰਹ ਦੱਸਿਆ ਮੈਂ, ਗਰਮ ਮਸਾਲਾ ਬਿਸਮਿਲ੍ਲਾ ਰਹਿਮਾਨ ਰਹੀਮ, ਬਿਸਮਿਲ੍ਲਾ ਰਹਿਮਾਨ ਰਹੀਮ, ਮਸਾਲੇ ਸਾਰੇ ਪਾਤੇ, ਮਾਸ਼ਾਅੱਲਾ ਮਾਸ਼ਾਅੱਲਾ, ਖੁਸ਼ਬੂਆਂ ਆ ਰਹੀਆਂ, ਆਪਾਂ ਖੁਸ਼ਬੂਆਂ ਦੇ ਵਾਹਵਾ ਹਨ, ਬਿਸਮਿਲ੍ਲਾ ਰਹਿਮਾਨ ਰਹੀਮ, ਹਲੀਮ ਮਸਾਲਾ ਜੀ, ਚੁੱਲ੍ਹਾ ਛੁੱਲ੍ਹਾ ਕਰ ਦਿੱਤਾ ਬੰਦ, ਆਸਮਾਨ ਸਫਾਈ ਸਫੂਈ ਬਰਤਨ ਧੋਣ ਵਾਲੇ ਧੋਂਦੇ ਵੀ ਆ ਵਿਚਾਰੀ, ਕਹਿੰਦੇ ਮੈਂ ਸ਼ਾਮ ਪੈਣ ਡੀ, ਮੈਂ ਪਹਿਲੇ ਫਾਰਗ ਹੋ ਜਾਂਦਾ, ਫਿਰ ਬੱਚਿਆਂ ਨੂੰ ਤਕਸੀਮ ਕਰਦਾ ਵੀ ਟਾਈਮ ਹੋਇਆ, ਫਿਰ ਇਸ ਤੋਂ ਬਾਅਦ ਮਤਲਬ ਥੱਕ ਜਾਂਦਾ ਫਿਰ ਕੰਮ ਦਿਲ ਨਹੀਂ ਕਰਦਾ, ਅਤੇ ਸੁਸਤੀ, ਨਾਨ ਵੀ ਆ ਗਏ ਨੇ, ਮੈਂ ਨਾਨਾ ਨੂੰ ਫੋਨ ਕੀਤਾ ਅਤੇ ਭਾਈ ਛੋਟੇ ਨੂੰ ਕਹਿ ਕੇ ਲਿਆ ਦੇ, ਉਹ ਲਿਆ ਦਿੱਤੇ ਨਾਨ, ਇਹ ਦੇਖੋ ਨਾਨ ਵੀ ਮਾਸ਼ਾਅੱਲਾ, ਨਾਨ ਪਹੁੰਚ ਗਏ ਨਾ, ਇੱਥੇ ਰੱਖੋ ਹੁਣ, ਆਹ ਹੋਈ ਆ ਫਰਕ ਨਹੀਂ, ਕੰਮ ਲੱਗਦਾ ਸਾਰਾ, ਤਾਂ ਮਕਾਨ ਪਿੱਛੇ ਪੈ ਗਈਆਂ ਸਫਾਈ ਕਰਕੇ ਫਿਰ ਹੀ ਆਏਗੀ, ਉਹ ਕਹਿੰਦੇ ਮੈਂ ਸਾਰੀ ਸਫਾਈ ਕਰਕੇ ਫਰਕ ਹੋ ਗਿਆ ਤਾਂ ਫਿਰ ਹੀ ਆਊਂ, ਜਾਮਨ ਵੀ ਭੁੱਖ ਲੱਗ ਗਈ ਦੀ ਆ, ਹੈ ਲੋ ਇਹ ਸਫਾਈ ਸਫੂਈ ਕਰਦੀ ਹੈ, ਅਤੇ ਮੈਂ ਪਿਆਰ ਹਾਂ ਹੁਣ, ਮੈਂ ਤਾਂ ਬੈਠਾ ਮੰਜੀ 'ਤੇ, ਮੈਂ ਉਹਨਾਂ ਨੂੰ ਕਿਹਾ ਬਰਤਨ 'ਚ ਪਾਈਏ ਸਵਰਗ,
ਤੇ ਦੁਆ ਕਰਨੇ ਆ। ਦੁਆ ਕਰਨ ਤੋਂ ਬਾਅਦ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਕਰਨੇ ਤਕਸੀਮ। ਔਰ ਲੋ ਜੀ ਬੱਚਿਆਂ ਨੂੰ ਆਪਣੇ ਬਿਠਾ ਦੇਣਾ ਹੈ, ਚਲੋ ਆਪਣੇ ਬੱਚੇ ਬਹਿਣ ਅਤੇ ਦੁਆ ਭਰੀਏ। ਦੁਆ ਪੜ੍ਹਨੇ ਪਾ ਲੈਣਾ ਲੋ ਜੀ ਆਪਣੇ ਬੱਚਿਆਂ ਨੂੰ ਪਾਤਾ ਬੱਚਾ ਮੈਂ ਭਾਈ ਦੇ ਛੋਟੇ ਬੱਚੇ ਨੇ ਔਰ ਨਾ ਗਫਰਾਨ ਲੱਗਾ ਉਹ ਪਰੇ ਹਰਾਮ ਹੈ। ਮੈਂ ਬਾਜ ਲੈਣੀ ਆ ਪਾਪਾ ਬਾਜ ਲਾਵਾ ਪਾਪਾ ਜੀ ਲੋ ਜੀ ਕਾਫੀ ਟਾਈਮ ਹੋ ਗਿਆ ਤੁਹਾਨੂੰ ਤਕਸੀਮ ਕਰਦੇ ਆ। ਬੱਚੇ ਮਾਸ਼ਾਅੱਲਾ ਵਧੀ ਜਾ ਰਹੇ ਹਨ, ਨਾਲ ਸਾਡੇ ਕੋਲ ਥੋੜੇ ਜਿਹੇ ਮੈਂਡ ਦੇ ਆ ਗਏ ਜਿਹੜੇ ਕੋਲ ਟੋਟੇ ਟੋਟੇ ਕਰਕੇ ਦੋ ਦੋ ਪਹਿਲੇ ਪੂਰਾ ਪੂਰਾ ਦਿੱਤਾ ਟੋਟੇ ਕਰਦੇ।